ਹੈਲੋ ਐਵਰੀਵਨ, ਕੀ ਹਾਲ ਚਾਲ ਹੈ? ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਅੱਜ ਮੈਂ ਬਣਾਉਣ ਲੱਗੀ ਹਾਂ ਐਵੋਕਾਡੋ ਦਾ ਸਾਲਸਾ, ਜੋ ਬਹੁਤ ਹੀ ਵਧੀਆ ਹੁੰਦਾ ਆ। ਜੇ ਤੁਸੀਂ ਵੇਟ ਲੋਸ ਕਰ ਰਹੇ ਹਾਂ ਜਾਂ ਤੁਹਾਨੂੰ ਤੁਸੀਂ ਹੰਗਰੀ ਫੀਲ ਕਰ ਰਹੇ ਹਾਂ, ਤਾਂ ਤੁਸੀਂ ਇਹ ਬਣਾ ਕੇ ਕਿਸੇ ਵੀ ਬ੍ਰੈਡ 'ਤੇ ਲਾ ਕੇ ਜਾਂ ਤੁਸੀਂ ਕਿਤੇ ਕਿਸੇ ਵੀ ਚਿਪਸ ਦੇ ਨਾਲ ਖਾ ਸਕਦੇ ਹਾਂ। ਤੋ ਸਟਾਰਟ ਕਰਦੇ ਹਾਂ। ਉਹਦੇ ਲਈ ਮੈਨੂੰ ਚਾਹੀਦਾ ਇੱਕ ਪਿਆਜ, ਹਾਫ ਪਿਆਜ ਲਿਆ ਐਕਚੁਅਲੀ ਮੈਂ, ਇੱਕ ਟਮਾਟਰ ਲਿਆ ਆ, ਅਤੇ ਇੱਕ ਤੁਹਾਨੂੰ ਰਾਈਪ ਚਾਹੀਦਾ ਆ ਐਵੋਕਾਡੋ। ਤੋ ਲੈਟਸ ਸਟਾਰਟ ਇਟ। ਫਸਟ ਇਹਨੂੰ ਆਪਾਂ ਚੋਪ ਕਰਨਾ ਹੈ। ਜਿੰਨਾ ਤੁਸੀਂ ਜ਼ਿਆਦਾ ਚੋਪ ਕਰੋਗੇ ਉਨਾ ਹੀ ਵਧੀਆ, ਤੁਹਾਡੇ ਮੂੰਹ 'ਚ ਪਿਆਜ ਦਾ ਟੇਸਟ ਥੋੜ੍ਹਾ ਘੱਟ ਆਊਗਾ। ਅਤੇ ਆਪਾਂ ਇਹਨੂੰ ਫਾਈਨ ਚੋਪ ਕਰਾਂਗੇ ਫਸਟ। ਅਤੇ ਸੇਮ ਆਪਾਂ ਟਮੈਟੋ ਵੀ ਇੱਦਾਂ ਕੱਟ ਕਰ ਲਵਾਂਗੇ, ਫਾਈਨ ਚੋਪ ਕਰ ਲਵਾਂਗੇ ਟਮੈਟੋ ਨੂੰ ਵੀ। ਟਮੈਟੋ ਅਤੇ ਧਨੀਆ ਵੀ ਮੈਂ ਕੱਟ ਲਿਆ ਆ, ਅਤੇ ਇਹਨਾਂ ਨੂੰ ਇੱਕ ਸਾਈਡ 'ਤੇ ਰੱਖਾਂਗੇ। ਫਸਟ ਆਪਾਂ ਕੱਟ ਕਰਾਂਗੇ ਐਵੋਕਾਡੋ। ਮੇਕ ਸ਼ੋਰ ਇਹ ਥੋੜ੍ਹਾ ਰਾਈਪ ਹੋਵੇ, ਜੇ ਘੱਟ ਰਾਈਪ ਹੈ ਤੁਹਾਨੂੰ ਮੈਸ਼ ਕਰਨ 'ਚ ਪ੍ਰੋਬਲਮ ਆ ਸਕਦੀ ਹੈ, ਅਤੇ ਉਹ ਵਧੀਆ ਨਹੀਂ ਬਣੂਗਾ ਲਾਈਕ ਦਿਸ। ਇਹਨੂੰ ਆਪਾਂ ਕੱਢਾਂਗੇ ਚਮਚ ਨਾਲ। ਤੁਸੀਂ ਕਿਸੇ ਦਾ ਕਾਸੇ ਦਾ ਵੀ ਬਣਾ ਸਕਦੇ ਹਾਂ। ਜੇ ਤੁਹਾਡੇ ਕੋਲ ਐਵੋਕਾਡੋ ਨਹੀਂ ਹੈਗਾ, ਤੁਸੀਂ ਬੋਇਲ ਆਲੂ ਲੈ ਸਕਦੇ ਹਾਂ, ਬੋਇਲ ਆਲੂ ਦਾ ਬਣਾ ਸਕਦੇ ਹਾਂ। ਅਤੇ ਚਿਕਨ, ਜੇ ਤੁਸੀਂ ਚਿਕਨ ਖਾਂਦੇ ਹਾਂ, ਤੁਸੀਂ ਚਿਕਨ ਦਾ ਬਣਾਉਣਾ ਤਾਂ ਚਿਕਨ ਨੂੰ ਬੋਇਲ ਕਰ ਲਓ ਪਹਿਲਾਂ। ਬੋਇਲ ਕਰਨ ਤੋਂ ਬਾਅਦ ਉਹਨੂੰ ਮੈਸ਼ ਕਰਕੇ ਉਹਦੇ ਵਿੱਚ ਤੁਸੀਂ ਇੰਨਾ ਸਾਰਾ ਕੁਛ ਪਾ ਸਕਦੇ ਹਾਂ। ਇਟਸ ਵੈਰੀ ਈਜ਼ੀ ਵੇ। ਅਤੇ ਇਹਨੂੰ ਕਰਾਂਗੇ ਆਪਾਂ ਮੈਸ਼ ਫੋਕ ਦੇ ਨਾਲ। ਐਵੋਕਾਡੋ ਹੋ ਗਿਆ ਮੈਸ਼, ਇਹਦੇ ਵਿੱਚ ਪਾਵਾਂਗੇ ਕੋਰੀਐਂਡਰ, ਥੋੜ੍ਹਾ ਜਿਹਾ ਪਿਆਜ, ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਸਾਰਾ ਕੁਛ। ਮੈਂ ਥੋੜ੍ਹਾ ਘੱਟ ਹੀ ਪਿਆਜ ਲਾਈਕ ਕਰਦੀ ਹਾਂ। ਮਿਕਸ ਇਟ ਵੈਲ। ਅਤੇ ਇਹਦੇ ਵਿੱਚ ਆਪਾਂ ਹੁਣ ਸੀਜ਼ਨਿੰਗ ਕਰਾਂਗੇ ਸੋਲਟ ਵਗੈਰਾ ਦੀ, ਸੋਲਟ ਟੂ ਟੇਸਟ। ਅਤੇ ਥੋੜ੍ਹੀ ਜਿਹੀ ਪਾਵਾਂਗੇ ਆਪਾਂ ਬਲੈਕ ਪੇਪਰ, ਕਾਲੀ ਮਿਰਚ, ਅਤੇ ਤੁਸੀਂ ਗ੍ਰੀਨ ਚਿੱਲੀ ਪਾ ਸਕਦੇ ਹਾਂ ਜੇ ਤੁਸੀਂ ਲਾਈਕ ਕਰਦੇ ਹਾਂ। ਅਤੇ ਪਾਵਾਂਗੇ ਹਾਫ ਲੈਮਨ। ਅਗੇਨ ਮਿਕਸ ਇਟ ਵੈਲ। ਐਵੋਕਾਡੋ ਸਾਲਸਾ ਹੋ ਗਿਆ ਰੈਡੀ, ਰੈਡੀ ਟੂ ਸਰਵ। ਹੁਣ ਆਪਾਂ ਇਹਨੂੰ ਸਰਵ ਕਰਾਂਗੇ। ਤੁਸੀਂ ਸਰਵ ਕਰ ਸਕਦੇ ਹਾਂ ਵਿਦ ਦਿਸ ਵਨ, ਇਹ ਜਸਟ ਬੇਕ ਕੀਤੇ ਹੁੰਦੇ ਆ, ਛੋਟੇ ਛੋਟੇ ਲਾਈਕ ਬਿਸਕਿਟ ਟਾਈਪ ਹੁੰਦੇ ਆ ਲਾਈਕ ਦਿਸ। ਅਤੇ ਤੁਸੀਂ ਇਹਦੇ ਨਾਲ ਵੀ ਸਰਵ ਕਰ ਸਕਦੇ ਹਾਂ, ਐਜ ਬਰਾਊਨ ਬ੍ਰੈਡ ਦੇ ਨਾਲ ਵੀ ਸਰਵ ਕਰ ਸਕਦੇ ਹਾਂ। ਹੇਅਰ ਵੀ ਗੋ, ਈਵਨਿੰਗ ਸਨੈਕ ਆਪਣਾ ਰੈਡੀ ਹੈ, ਅਤੇ ਮੈਂ ਇੰਜੋਏ ਕਰੂੰਗੀ ਆਪਣਾ ਈਵਨਿੰਗ ਸਨੈਕ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਐਂਡ ਸਬਸਕ੍ਰਾਈਬ ਮਾਈ ਚੈਨਲ, ਐਂਡ ਸੀ ਯੂ ਇਨ ਦ ਨੈਕਸਟ ਵੀਡੀਓ। ਬਾਏ ਬਾਏ ਗਾਇਜ਼।